ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਣੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ, ਪਿੰਡ ਤਲਾਣੀਆਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਦੋਸਤੋ, ਤੁਹਾਨੂੰ ਅਕਸਰ ਹੀ ਮੈਂ ਕਹਿੰਦਾ ਰਹਿਣਾ ਕਿ ਘਰੇਲੂ ਨੁਸਖਿਆਂ ਨਾਲ ਤੁਸੀਂ ਆਪਣੇ ਘਰੇ ਆਪਣੀ ਬਿਮਾਰੀ ਦਾ ਇਲਾਜ ਕਰ ਸਕਦੇ ਹੋ। ਸੋ ਇਹ ਨੁਸਖੇ ਕਿੰਨੇ ਕਾਰਗਰ ਹੈ ਜੀ, ਤੁਹਾਨੂੰ ਅੱਜ ਦਿਖਾਵਾਂਗੇ। ਇੱਕ ਮੈਂ ਪਿੱਛੇ ਵੀਡੀਓ ਪਾਈ ਸੀਗੀ ਕਿ ਤੁਸੀਂ ਸਵਾਹ ਤੇ ਹਲਦੀ ਨਾਲ ਆਪਣਾ ਸ਼ੂਗਰ ਠੀਕ ਕਰ ਸਕਦੇ ਹੋ। ਉਦਾਹਰਨ ਸਾਡੇ ਵਿੱਚ ਬੈਠੇ ਅੱਜ, ਸੋ ਤੁਹਾਨੂੰ ਮਿਲਾਵਾਂਗੇ ਜੀ ਅੱਜ ਸਰਵਣ ਸਿੰਘ ਲਹਿਰਾ ਜੀ ਨੂੰ। ਤੇ ਬੈਠੇ ਸਰ, ਤੁਸੀਂ ਕਿਵੇਂ ਹੋ ਜੀ ਹੁਣ? ਮੈਂ ਬਿਲਕੁਲ ਠੀਕ ਹਾਂ ਜੀ। ਅੱਛਾ ਜੀ, ਤੇ ਉਹੀ ਸਵਾਦ ਤੇ ਹਲਦੀ? ਉਹੀ ਸਵਾਦ ਤੇ ਹਲਦੀ ਉਹੀ ਲਈ ਹੈ। ਅੱਛਾ ਜੀ, ਤੇ ਬਾਕੀ ਜਿਹੜਾ ਤੁਸੀਂ ਇੱਕ ਉਸ ਸ਼ੇਕ ਦੱਸਿਆ ਸੀ, ਹਾਂਜੀ, ਉਹ ਇਮਿਊਨਿਟੀ ਵਾਸਤੇ ਸੀਗਾ, ਲੀਵਰ ਦੀ ਸਫਾਈ ਵਾਸਤੇ। ਉਹ ਲਿਆ ਨਾਲ, ਫਿਰ ਨਾਲ ਮੈਂ ਸੈਰ ਕਰਦਾ ਰਿਹਾ ਜੀ। ਉਦੋਂ ਜਦ ਮੈਂ ਆਇਆ ਸੀ ਉਦੋਂ ਤਾਂ ਮੇਰੇ ਕੋਲੋਂ 4 ਕਦਮ ਵੀ ਨਹੀਂ ਸੀ ਚੱਲ ਹੁੰਦਾ। ਅੱਛਾ ਜੀ, ਸਾਹ ਚੜਦਾ ਸੀ ਬਹੁਤ ਜ਼ਿਆਦਾ। ਠੀਕ ਹੈ। ਤੇ ਅੱਜ ਮੈਂ ਉਹ ਜੂਨ ਦਾ ਮਹੀਨਾ ਸੀਗਾ, ਤੇ ਅੱਜ ਮੈਂ ਸਵੇਰੇ 5 ਵਜੇ ਜਾਂਦਾ ਸੈਰ ਕਰਨ। ਠੀਕ ਹੈ ਜੀ। ਔਰ ਕਰੀਬ ਕਰੀਬ 4.5-5 ਕਿਲੋਮੀਟਰ ਸੈਰ ਕਰਕੇ ਆਉਂਦਾ ਰੋਜ਼। ਅੱਛਾ ਜੀ। ਤੇ ਇਸ ਟਾਈਮ ਸ਼ੂਗਰ ਮੇਰੇ ਬਿਲਕੁਲ ਨੋਰਮਲ ਹੈ, ਔਰ ਉਦੋਂ ਮੈਂ 2 ਗੋਲੀਆਂ ਲੈਂਦਾ ਸੀ, ਇੱਕ ਸਵੇਰੇ ਇੱਕ ਸ਼ਾਮ। ਠੀਕ ਹੈ ਜੀ। ਅੱਜ ਮੈਂ 1 ਗੋਲੀ ਲੈਂਦਾ ਸਵੇਰ ਟਾਈਮ। ਠੀਕ ਹੈ ਜੀ। ਉਸ ਤੋਂ ਬਾਅਦ ਕੋਈ ਗੋਲੀ ਨਹੀਂ। ਉਹਦੀ ਜ਼ਰੂਰਤ ਪੈਂਦੀ ਹੈ ਗੋਲੀ ਦੀ ਜੀ ਫਿਰ? ਉਹਦੀ ਜ਼ਰੂਰਤ ਪੈਂਦੀ ਹੈ, ਅਗਰ ਮੈਂ ਉਹ ਵੀ ਛੱਡ ਕੇ ਦੇਖਾਂ। ਵੈਸੇ ਅੱਜ ਮੈਂ ਟਰਾਈ ਨਹੀਂ ਕੀਤੀ ਛੱਡਣ ਦੀ। ਅੱਛਾ ਜੀ। ਔਰ ਉਹ ਮੈਂ ਦੇਖਾਂਗਾ, 1 ਮਹੀਨਾ ਹੋਰ ਰੁਕ ਕੇ ਫਿਰ ਸ਼ਾਇਦ ਮੈਂ ਉਹ ਵੀ ਗੱਠ ਛੋਗ ਵੀ ਛੁੱਟ ਜਾਏ। ਹਾਂਜੀ, ਕਿਉਂਕਿ ਇੱਕ ਘਰੇਲੂ ਨੁਸਖਾ ਨਾ, ਜਿਵੇਂ ਕਿ ਮੈਂ ਦੱਸਦਾ ਹੁੰਦਾ, ਤੁਸੀਂ ਸਵਾਹ ਤੇ ਹਲਦੀ ਨਾਲ ਆਪਣਾ ਸ਼ੂਗਰ ਠੀਕ ਕਰ ਸਕਦੇ ਹੋ। ਇਸ ਦੇ ਲਈ ਤੁਸੀਂ 1 ਚੁੰਡੀ 1 ਚੁਟਕੀ ਸਵਾਹ ਲੈਣੀ ਹੈ ਤੇ 1 ਚੁਟਕੀ ਲੈਣੀ ਹੈ ਹਲਦੀ। ਇਸ ਨੂੰ ਸਰ ਸਵੇਰੇ ਖਾਲੀ ਪੇਟ ਖਾਓ ਤੇ ਇਸ ਦੇ ਨਾਲ ਜਿਹੜਾ ਸ਼ੂਗਰ ਨਾਰਮਲ। ਉਹੀ ਲੈ ਰਿਹਾ ਮੈਂ, 1 ਚੁਟਕੀ ਹਲਦੀ ਦੀ, 1 ਚੁਟਕੀ ਸਵਾਹ ਦੀ। ਹਾਂਜੀ। ਸਵੇਰੇ ਖਾਲੀ ਪੇਟ ਲੈ ਕੇ ਸੈਰ ਕਰਨ ਚਲਾ ਜਾਂਦਾ, ਜਦੋਂ ਮੁੜ ਕੇ ਵਾਪਸ ਆਉਂਦਾ ਫਿਰ ਉਹ ਸ਼ੇਕ ਪੀਂਦਾ। ਉਸ ਦਿਨ ਤਾਂ ਆਪਾਂ, ਮੇਰੇ ਯਾਦ ਹੈ ਜੀ ਕਿ ਤੁਹਾਨੂੰ ਜਿਹੜੀ ਪ੍ਰੋਬਲਮ ਸੀ ਕਿ ਤੁਰੇ ਤੁਰਿਆ ਫਿਰ ਵੀ ਨਹੀਂ। ਨਾ ਨਾ, ਮੇਰੇ ਸਾਹ ਚੜਦੇ ਮੈਂ 4 ਕਦਮ ਆਪਣੇ ਬਾਹਰ ਤੋਂ ਅੰਦਰ ਨਹੀਂ ਸੀ ਆ ਸਕਦਾ, ਅੰਦਰ ਆਉਂਦੇ ਮੈਨੂੰ ਇੱਦਾਂ ਸਾਹ ਚੜਦਾ ਸੀ। ਓਕੇ ਓਕੇ। ਹੁਣ ਮੈਂ 4-5 ਕਿਲੋਮੀਟਰ ਸੈਰ ਕਰਕੇ ਆਉਂਦਾ, ਮੈਨੂੰ ਕੋਈ ਸਾਹ ਨਹੀਂ ਚੜਦਾ। ਠੀਕ ਹੈ ਜੀ। ਔਰ ਤੇ ਬਾਕੀ ਵੀ ਸਰੀਰ ਮੇਰੇ ਹਿਸਾਬ ਨਾਲ ਫਿੱਟ ਹੈ ਜੀ? ਹਾਂ ਬਈ, ਬਿਲਕੁਲ ਫਿੱਟ ਹੈ। ਪਹਿਲੇ ਮਹੀਨੇ 3 ਕਿਲੋ ਡਾਊਨ ਹੋਇਆ ਸੀਗਾ ਮੇਰਾ, ਵੇਟ ਲਾਸ ਹੋਇਆ ਸੀ। ਅੱਛਾ ਜੀ, ਪਹਿਲੇ ਮਹੀਨੇ। ਹਾਂਜੀ। ਉਸ ਤੋਂ ਬਾਅਦ ਫਿਰ ਮੈਂ, ਉਹ ਤਾਂ ਸਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਸਟ ਸਵੈਲਿੰਗ ਹੈ, 1 ਗੋਲੀ ਦਾ ਇਹ ਘਟੇਗੀ। ਹਾਂਜੀ ਹਾਂਜੀ। ਉਹ ਮੈਨੂੰ ਠੀਕ ਲਿਆ, ਮੇਰਾ ਪੇਟ ਵੀ ਜਿਹੜਾ 3 ਇੰਚ ਘਟਿਆ। ਓਕੇ। ਔਰ 2.5 ਇੰਚ 3 ਇੰਚ ਦਾ ਮੇਰੀ ਬੈਲਟ ਛੋਟੀ ਹੋਈ ਹੈ। ਠੀਕ ਹੈ। ਕਮਰ ਦੀ। ਠੀਕ ਹੈ। ਇਸ ਟਾਈਮ ਮੈਂ ਬਿਲਕੁਲ ਫਿੱਟ ਹਾਂ। ਸਰ ਤੁਹਾਡੀ ਫੀਸ ਕਿੰਨੀ ਸੀਗੀ ਪਹਿਲੀ ਵਾਰੀ? ਫੀਸ ਤਾਂ ਤੁਸੀਂ ਲਈ ਹੋਈ ਨਹੀਂ, ਮੈਂ ਤਾਂ ਤੁਹਾਡੇ ਹੱਥ ਜੋੜਦਾ ਰਿਹਾ ਸੀ, ਕੁਛ ਨਾ ਕੁਛ ਲੈ ਲਓ, ਕੁਛ ਨਾ ਕੁਛ ਲੈ ਲਓ, ਤੁਹਾਡਾ ਬਹੁਤ ਟਾਈਮ ਵੇਸਟ ਕੀਤਾ ਸੀ ਮੈਂ। ਨਹੀਂ ਸਰ, ਵੈਸੇ ਮੈਂ ਜਿਵੇਂ ਕਈ ਸ਼ਾਇਦ ਕਿਸੇ ਨੂੰ ਲੱਗਦਾ ਹੋਏਗਾ ਕਿ ਇੱਥੇ ਕਿਸੇ ਨੇ ਕਮੈਂਟ ਕੀਤਾ ਸੀ, ਕਹਿੰਦਾ ਕੌਣ ਕਹਿੰਦਾ ਕਿ ਫੀਸ ਨਹੀਂ ਲੈਂਦੇ ਧਰਮਿੰਦਰ ਸਿੰਘ? ਨਹੀਂ, ਉਹਦਾ ਗਵਾਹ ਉਹਦਾ ਮੈਂ ਬੈਠਾ ਸਾਹਮਣੇ। ਹਾਂਜੀ। ਮੈਂ ਤੁਹਾਨੂੰ ਦੋਨੋਂ ਵਾਰ, ਮੈਂ 2 ਵਾਰ ਆਇਆ ਸੀ, ਇੱਕ 5 ਜੂਨ ਨੂੰ ਆਇਆ ਸੀ, ਇੱਕ ਵਾਰ 16 ਜੂਨ ਨੂੰ ਆਇਆ। ਹਾਂਜੀ। ਮੈਂ ਦੂਸਰੀ ਵਾਰ ਵੀ ਹੱਥ ਜੋੜੇ ਸੀ, ਮੈਂ ਤੁਹਾਡਾ ਟਾਈਮ ਬਹੁਤ ਵੇਸਟ ਕੀਤਾ, ਕੁਛ ਤਾਂ ਉਹਦਾ ਚਾਰਜ ਕਰ ਲਓ, ਤੁਸੀਂ ਨਹੀਂ ਲਿਆ। ਹਾਂਜੀ। ਤੁਸੀਂ ਕਿਹਾ ਵੀ ਮੇਰੀ ਗੱਲਾਂ ਬਾਤਾਂ ਸਲਾਹ ਦੇਣ ਦੀ ਕੋਈ ਫੀਸ ਨਹੀਂ। ਬਿਲਕੁਲ। 15 ਮਿੰਟ ਜਾਂ ਘੰਟਾ ਵੀ ਲੱਗ ਜਾਏ ਮੈਨੂੰ ਤਾਂ ਵੀ ਕੋਈ ਫੀਸ ਨਹੀਂ। ਅੱਜ ਵੀ ਸਰੋਤੇ ਕੋਈ ਫੀਸ ਨਹੀਂ? ਨਾ ਨਾ ਨਾ, ਅੱਜ ਵੀ ਕੋਈ ਨਹੀਂ। ਕਿਉਂਕਿ ਅੱਜ ਸਾਡੇ ਕੋਲ ਆਏ ਸੀਗੇ, ਇਹ ਪੈਰਾਂ ਦੇ ਥੋੜੇ ਜਿਹੇ ਕੋਈ ਤਕਲੀਫ ਸੀਗੀ, ਉਸ ਦੇ ਬਾਰੇ ਅਸੀਂ ਹੁਣੇ ਡਿਸਕਸ ਕਰਕੇ ਹਟੇ ਆਂ। ਇਹ ਵੀ ਇਦਾਂ ਹੀ ਠੀਕ ਹੋ ਜਾਣੇ ਜੀ। ਚਲੋ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਤਾਂ ਸਪੈਸ਼ਲੀ ਕਾਫੀ ਦਿਨ ਤੋਂ ਸੋਚ ਰਿਹਾ ਸੀ ਆਉਣ ਨੂੰ, ਲੇਕਿਨ ਮੈਂ ਨਹੀਂ ਆ ਪਾਇਆ। ਹੁਣ ਫਿਰ ਇੱਧਰ ਸਾਡੇ ਇੱਕ ਪ੍ਰੋਗਰਾਮ ਸੀ ਹੁਸ਼ਿਆਰਪੁਰ, ਉਹ ਗੁਰੂ ਰਾਮਦਾਸ ਲੰਗਰ ਹੋਇਆ ਨਾ ਜੀ, ਉਹਨਾਂ ਦਾ ਗੁਰੂ ਰਾਮਦਾਸ ਜੀ ਦਾ ਪੁਰਬ ਮਨਾਇਆ ਪਰਸੋਂ ਉਹਨਾਂ ਨੇ 22 ਤਰੀਕ ਨੂੰ। ਹਾਂਜੀ। ਤੋ 19 ਨੂੰ ਅਖੰਡ ਪਾਠ ਰੱਖਿਆ ਸੀ ਤੇ 22 ਨੂੰ ਭੋਗ ਪਿਆ। ਠੀਕ ਹੈ। ਮੈਂ 19 ਨੂੰ ਆ ਗਿਆ ਸੀਗਾ ਉਧਰੋਂ, ਸਿੱਧਾ ਨਿਕਲਿਆ। ਉਦੋਂ ਵੀਰਵਾਰ ਸੀਗਾ। ਹਾਂਜੀ, ਵੀਰਵਾਰ। ਮੈਂ ਵੀਰਵਾਰ ਕਰਕੇ ਇੱਥੇ ਨਹੀਂ ਆਇਆ, ਵੀਰਵਾਰ ਆਫ ਹੁੰਦਾ। ਹਾਂ, ਤਾਂ ਮੈਂ ਨਿਕਲ ਗਿਆ ਸੀ ਸਿੱਧਾ। ਅੱਜ ਫਿਰ ਉਧਰੋਂ ਮੈਂ ਵਾਪਸ ਆਇਆ, ਰਾਤੀ ਆਇਆ ਸੀ, ਰਾਤੀ ਮੇਰੇ ਭਤੀਜੀ ਏਅਰਪੋਰਟ ਉੱਥੇ ਆ ਗਿਆ ਸੀ। ਅੱਛਾ ਜੀ। ਤੇ ਹੁਣ ਫਿਰ ਉਧਰੋਂ ਦੇ ਹੁੰਦਾ ਹੋਇਆ ਆਪਣੇ ਇੱਥੇ ਰਿਸ਼ਤੇਦਾਰ ਮੇਰੇ ਜੀ ਆ, ਭੈਣ ਭਣੋਈਆ ਇੱਥੇ ਗਏ ਆ ਤਾਜਪੁਰਾ ਜੀ, ਉਹਨਾਂ ਕੋਲੋਂ ਹੋ ਕੇ ਤਾਂ ਫਿਰ ਮੈਂ ਇੱਧਰ ਨੂੰ ਆਇਆ। ਹੁਣ ਮੈਂ ਚੱਲਿਆ ਫਰੀਦਾਬਾਦ ਨੂੰ ਜਾਣਾ। ਠੀਕ ਹੈ ਜੀ। ਤੇ ਉਹ ਤਾਂ ਕਹਿੰਦੇ ਸੀ ਰੁਕ ਜਾਓ, ਮੈਂ ਕਿਹਾ ਨਹੀਂ ਹੁਣ ਨਹੀਂ, ਹੁਣ ਮੈਂ ਕਿਹਾ ਰਾਤ ਤੱਕ ਮੈਂ ਦਿੱਲੀ ਪਹੁੰਚ ਜਾਣਾ, ਦਿੱਲੀ ਰੁਕ ਕੇ ਫਿਰ ਸਵੇਰੇ ਨਿਕਲ ਜਾਣਾ ਘਰ ਨੂੰ, ਘਰ ਕਿਹੜਾ ਕੋਈ ਵੇਟ ਕਰਦਾ ਕਿ ਨਹੀਂ। ਹਾਂ ਜੀ, ਚਲੋ ਬਸ, ਕੋਈ ਨਹੀਂ ਸਰ, ਤੁਹਾਡੇ ਨਾਲ ਹੈ। ਮੈਨੂੰ ਇਹੀ ਹੈਗਾ, ਮੈਂ ਕਿਹਾ ਮੈਂ, ਉਹ ਕਹਿੰਦੇ ਸੀ ਬਥੇਰੇ, ਮੇਰਾ ਭਾਣਜਾ ਕਹਿੰਦਾ ਰਿਹਾ ਤੁਸੀਂ ਇੱਦਾਂ ਕਰ ਲਓ, ਉਹਦਾ ਗੱਲ, ਮੈਂ ਕਿਹਾ ਨਹੀਂ ਹੋ ਜਾਂਦਾ ਜਿਹੜਾ ਹੁੰਦਾ। ਮੈਂ ਕਿਹਾ ਮੈਂ ਉਹਨਾਂ ਨੂੰ ਪੁੱਛ ਕੇ ਆਊਂਗਾ ਵੀ ਅਗਰ ਕੋਈ ਦਵਾਈ ਦੇਣੀ ਹੈ ਤਾਂ ਦਵਾਈ ਦੇਣ, ਜੇ ਕੋਈ ਹੋਰ ਕੁਛ ਦੇਣਾ ਹੋਰ ਦੇਣ, ਮਤਲਬ ਇਹ ਜਿਹੜੇ ਨੁਕਸ ਜਿਹੜੇ ਹੈਗੇ ਨਾ ਤੁਸੀਂ ਉਹ ਠੀਕ ਕਰ ਸਕਦੇ, ਮੇਰੇ ਕੋਲ ਹੋਰ ਮੈਨੂੰ ਭਰੋਸਾ ਨਹੀਂ ਸੀਗੇ। ਨਹੀਂ ਹੋ ਜਾਣਾ ਠੀਕ ਸਰ, ਜਿੱਥੇ ਇੰਨਾ ਫਰਕ ਪੈ ਗਿਆ ਉੱਥੇ। ਹਾਂ ਬਿਲਕੁਲ 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 ਬਿਲਕੁਲ। ਪੇਟ ਦੇ ਮੇਰੇ ਕੱਪੜੇ ਜਿਹੜੇ ਹੈਗੇ ਕਰੀਬ ਕਰੀਬ 2-2.5 ਇੰਚ ਲੂਜ਼ ਹੋ ਗਏ ਨੇ ਸਾਰੇ, ਕੁੜਤੇ ਪਜਾਮੇ 3-3 ਇੰਚ ਲੂਜ਼ ਹੋ ਗਏ ਨੇ। ਅੱਛਾ ਜੀ। ਹਾਂਜੀ, ਬਿਲਕੁਲ ਠੀਕ ਹੈ, ਕੋਈ ਐਸੀ ਗੱਲ। ਬਾਕੀ ਜਿਵੇਂ ਅੱਜ ਤੁਹਾਡੇ ਪੈਰਾਂ 'ਚ ਜਿਹੜੀ ਤਕਲੀਫ ਹੈ,
ਥੈਰੇਪੀ ਆਪਾਂ ਕਿਤੇ ਜਾ ਕੇ ਖਰਚਾ ਕਰਨ ਨਾਲੋਂ ਤਾਂ ਇਹ ਸੌਖਾ ਇਲਾਜ ਹੈ ਜੀ। ਹਾਂਜੀ 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 ਠੀਕ ਹੈ। ਸੋ ਇਹ ਬੜਾ ਵਧੀਆ ਤਰੀਕਾ ਜੀ, ਘਰੇ ਆਪਾਂ ਥੈਰੇਪੀ ਕਰ ਸਕਦੇ ਹਾਂ। ਹਾਂਜੀ ਹਾਂਜੀ। ਸੋ ਦੂਸਰਾ ਇਸ ਦੇ ਵਾਸਤੇ ਹੁੰਦਾ, ਮੈਂ ਅਕਸਰ ਕਹਿੰਦਾ ਹੁੰਦਾ ਕਿ ਤੁਸੀਂ ਪੈਰਾਂ ਦੇ ਅੰਗੂਠਿਆਂ ਤੇ ਗਿੱਟਿਆਂ ਤੇ ਧਾਗੇ ਬੰਨ ਸਕਦੇ ਹੋ, ਉਸ ਦੇ ਨਾਲ ਵੀ ਫੈਟ ਫਰਕ ਪੈ ਜਾਂਦਾ ਹੈ। ਉਹ ਗੱਠਾ ਵਾਲਾ ਧਾਗਾ, ਗੱਠਾ ਵਾਲਾ ਧਾਗਾ। ਹਾਂ ਠੀਕ ਹੈ, ਬੰਨ ਲਾਂਗਾ ਉਹ ਵੀ, ਬੰਨ ਲਾਂਗਾ। ਹਾਂਜੀ ਉਹ ਵੀ ਬੰਨ ਲਾਂਗਾ, ਉਹ ਤਾਂ ਮੈਨੂੰ ਪਤਾ ਲੱਗਿਆ ਸੀ। ਬਾਕੀ ਤਾਂ ਹੁਣ ਜਿਵੇਂ ਗੱਲ 'ਚ ਵੀ ਉਹ ਪਹਿਲੇ ਦਿਨ ਨਾਲੋਂ ਤੇ ਅੱਜ ਆਪਾਂ ਦੇਖੀਏ ਉਦੋਂ ਤਾਂ ਬਹੁਤ ਬੁਰਾ ਹਾਲ ਸੀਗਾ। ਹਾਂਜੀ ਬਹੁਤ ਹੀ ਬੁਰਾ ਹਾਲ ਸੀਗਾ, ਮਾਲਕ ਕਿਸੇ ਦਾ ਨਾ ਕਰੇ ਇੰਨਾ ਬੁਰਾ ਹਾਲ ਜਿੰਨਾ ਮੇਰਾ ਸੀਗਾ। ਨਹੀਂ ਦੇਖੋ ਬੜਾ ਸੌਖਾ, ਜਿਵੇਂ ਮੈਂ ਫਿਰ ਕਹਿ ਰਿਹਾ ਕਿ ਘਰੇਲੂ ਨੁਸਖਾ ਜੀ, ਘਰੇਲੂ ਨੁਸਖਾ ਬਿਲਕੁਲ। ਤੇ ਇਸ ਦਾ ਕੋਈ, ਇਸ ਦੇ ਨਾਲ ਸਰ ਹੋਰ ਵੀ ਹੈ ਜੀ, ਇਸ ਦੇ ਨਾਲ ਤੁਹਾਡੇ ਗਲੇ ਦੇ ਰੋਗ, ਪੇਟ ਦੇ ਰੋਗ, ਫੂਡ ਪਾਈਪ ਦੇ ਰੋਗ, ਇਹ ਸਾਰੇ ਠੀਕ ਹੋ ਜਾਂਦੇ ਆ। ਹਾਂਜੀ ਹਾਂਜੀ, ਮੈਂ ਕੋਈ ਉਦੋਂ ਦੀ ਮੈਨੂੰ ਨਾ ਕਬਜ਼ ਹੋਈ ਹੈ। ਹਾਂਜੀ ਨਹੀਂ, ਮੈਂ ਕਬਜ਼ ਦੇ ਦੋ ਗੋਲੀਆਂ ਰੋਜ਼ ਲੈਂਦਾ ਸੀ। ਅੱਛਾ ਜੀ, ਜੰਡੂ ਨਿਤਯਮ ਦੀਆਂ ਦੋ ਗੋਲੀਆਂ ਲੈਂਦਾ ਸੀ ਰੋਜ਼। ਜਦੋਂ ਦਾ ਮੈਂ ਸ਼ੁਰੂ ਕੀਤਾ ਹੈ ਨਾ ਆਪਣਾ ਪੱਕੀ ਅਬਲੀਨਾ ਧਨੀਆ ਔਰ ਇਹ ਹਲਦੀ, ਹਾਂਜੀ ਉਦੋਂ ਤਾਂ ਮੈਂ ਗੋਲੀ ਨਹੀਂ ਲਈ ਕੋਈ। ਹਾਂ ਇਹ ਸਰ ਬਹੁਤ ਕਾਰਗਰ ਹੈ ਇਹ, ਬਿਲਕੁਲ ਠੀਕ ਹੈ। ਸਰ ਮੈਂ ਜਿਵੇਂ ਮੈਂ ਅਕਸਰ ਮਰੀਜ਼ਾਂ ਨੂੰ ਵੀ ਕਹਿਣਾ ਹੁੰਦਾ, ਜਿਵੇਂ ਤੁਹਾਨੂੰ ਵੀ ਦੱਸਿਆ ਸੀ ਆਪਾਂ ਗੱਲ ਕੀਤੀ ਸੀ ਦੁੱਧ ਦੀ, ਚਾਹ ਦੁੱਧ ਦੀ। ਹਾਂਜੀ ਹਾਂਜੀ ਹਾਂਜੀ, ਉਹ ਸਰ ਅੱਜ ਵੀ ਕਿਸੇ ਦੀ ਇੱਕ ਵੀਡੀਓ ਆਈ ਹੋਈ ਸੀਗੀ ਸਾਡੇ ਕੋਲ, ਉਹ ਦਿਖਾ ਰਹੇ ਸੀਗੇ ਕਿ ਜਿੱਦਾਂ ਹੀ ਉਹਨਾਂ ਨੇ ਦੁੱਧ ਪੈਕਟ ਚੋਂ ਕੱਢਿਆ ਤਾਂ ਜਿੱਦਾਂ ਇੱਕ ਰਬੜ ਹੁੰਦੀ ਹੈ ਉੱਥੋਂ ਰਸੀਗਾ ਬਣਿਆ ਹੋਇਆ। ਇਹ ਬਣਦਾ ਹੀ ਉਸ ਤਰ੍ਹਾਂ ਹੈ, ਪੈਕਟ ਵਾਲਾ ਰਬੜ ਤਾਂ ਉਸ ਤਰ੍ਹਾਂ ਹੀ ਬਣਦਾ। ਹਾਂਜੀ ਦੁੱਧ ਤਾਂ, ਸੋ ਇਸ ਕਰਕੇ ਜੇਕਰ ਤੁਸੀਂ ਮੰਨ ਲਓ, ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਜੀ, ਜੇਕਰ ਤੁਸੀਂ ਆਪਣਾ ਸ਼ੂਗਰ ਜਾਂ ਹੋਰ ਬਿਮਾਰੀਆਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਹੋ ਤਾਂ ਤੁਸੀਂ ਚਾਹ ਦੁੱਧ ਬੰਦ ਕਰ ਦਿਓ, ਦੁੱਧ ਤੋਂ ਬਣੀ ਕੋਈ ਕੋਈ ਚੀਜ਼ ਨਾ ਖਾਓ ਜੇਕਰ ਤੁਸੀਂ ਆਪਣੀ ਲੰਮੀ ਜ਼ਿੰਦਗੀ ਜਿਹੜੀ ਬਸਰ ਕਰਨੀ ਹੈ। ਹੁਣ ਵੀ ਮੈਂ ਜਿਹੜੀ ਚਾਹ, ਮਤਲਬ ਮੈਂ ਉਹ ਤਾਂ ਪੀਂਦਾ ਹੀ ਨਹੀਂ ਹਾਂ ਚਾਹ, ਤਾਂ ਉਦੋਂ ਦੀ ਚਾਹ 16 ਜੂਨ ਤੋਂ ਬਾਅਦ ਮੈਂ ਨਹੀਂ ਚਾਹ ਪੀਤੀ। ਹਾਂਜੀ ਜੇ ਹੁਣ ਮੈਂ ਕਿਤੇ ਪੀ ਵੀ ਲੈਣਾ, ਜਿੱਦਾਂ ਕਿਤੇ ਲੰਗਰ 'ਚ ਚਾਹ ਪੀ ਲਾ, ਉੱਥੇ ਮੈਂ ਮਨਾ ਨਹੀਂ ਕਰਦਾ। ਹਾਂਜੀ ਔਰ ਜੇ ਕਿਤੇ ਰਿਸ਼ਤੇਦਾਰੀ ਜਾਂ ਮੈਂ ਉਹਨੂੰ ਪਹਿਲਾਂ ਕਹਿੰਦਾ ਕਿ ਜੀ ਉਹ ਇੰਜੈਕਸ਼ਨ ਵਾਲਾ ਦੁੱਧ ਨਾ ਹੋਵੇ, ਆਪਣੇ ਘਰ ਜੇ ਆਪਣੇ ਘਰ ਦਾ ਦੁੱਧ ਹੈ ਤਾਂ ਚਾਹੇ ਮੈਨੂੰ ਕੱਪ ਦੁੱਧ ਦਾ ਦੇ ਦਿਓ, ਚਾਹੇ ਮੈਨੂੰ ਉਹਦੇ ਚ ਪੱਤੀ ਪਾ ਕੇ ਚਾਹ ਦੇ ਦਿਓ। ਚਾਹ ਦਾ ਨੁਕਸਾਨ ਨਹੀਂ ਆ ਜਿੰਨਾ ਉਹਦਾ ਨੁਕਸਾਨ ਹੈ, ਇਸ ਕਰਕੇ ਮੈਂ ਨਹੀਂ ਪੀਤਾ। ਉਸ ਦੇ ਨਾਲ ਬਹੁਤ ਸਾਰੇ ਅੱਜ ਕੱਲ ਰੋਗ ਜਿਹੜੇ ਵੱਧ ਰਹੇ, ਛੋਟੇ ਛੋਟੇ ਕੁੜੀਆਂ ਉਮਰ ਦੀਆਂ ਕੁੜੀਆਂ ਨੂੰ ਇਹ ਰਸੋਣੀਆਂ ਫਾਈਬਰੋਇਡ ਦੀ ਦਿੱਕਤ ਆ ਰਹੀ ਹੈ। ਹਾਂਜੀ 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 ਹਾਂਜੀ, ਥਾਇਰੋਇਡ ਵਗੈਰਾ ਦਾ ਹੋਇਆ ਸੀ। ਹਾਂਜੀ ਥਾਇਰੋਇਡ ਦਾ ਸੀਗਾ। ਹਾਂਜੀ ਬਾਕੀ ਸਰੋਤ ਤੁਹਾਡੇ ਵਾਸਤੇ ਛੋਟੀ ਜਿਹੀ ਜਾਣਕਾਰੀ ਸੀਗੀ, ਜੇਕਰ ਕਿਸੇ ਨੂੰ ਵੀ ਲੱਗਦਾ ਕਿ ਇਹ ਸ਼ੂਗਰ ਵਗੈਰਾ ਦੀ ਇਦਾਂ ਸਮੱਸਿਆ ਨਹੀਂ ਠੀਕ ਹੁੰਦੀ ਤਾਂ ਆਪਣੇ ਸਾਹਮਣੇ ਇਹ ਐਗਜ਼ਾਮਪਲ ਬੈਠੇ ਆ, ਬਾਕੀ ਬਹੁਤ ਸਾਰੇ ਕੇਸ ਆ ਸਾਡੇ ਕੋਲ ਇਦਾਂ ਦੇ, ਸੋ ਤੁਹਾਡੇ ਵਾਸਤੇ ਛੋਟੀ ਜਿਹੀ ਇਹ ਜਾਣਕਾਰੀ ਤੁਹਾਨੂੰ ਦੇਣੀ ਸੀਗੀ। ਸੋ ਇਸ ਕਰਕੇ ਸਰ ਸਾਡੇ ਕੋਲ ਆ ਗਏ ਸੀਗੇ, ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਰੂਬਰੂ ਕਰਾਇਆ ਜਾਵੇ। ਸੋ ਹੁਣ ਸਾਨੂੰ ਦਿਓ ਜੀ ਆ ਗਿਆ, ਫਿਰ ਕਿਸੇ ਹੋਰ ਵੀਡੀਓ 'ਚ ਮਿਲਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।